ਸ਼ਸ਼ਟਿਕਾਲ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਖਬਰਾਂ ਦਾ سلسلہ ਸ਼ੁਰੂ ਕਰਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਦੇ ਵੱਲ ਪੰਜ ਪਾਂ ਨਾਲ ਫਿਕਸਡ ਮੈਚ ਖੇਡ ਰਹੇ ਨੇ ਕੈਪਟਨ ਮੁੱਖ ਮੰਤਰੀ ਚਾਹੁੰਦੇ ਤਾਂ ਨਹੀਂ ਹੁੰਦੇ ਖੇਤੀ ਬਿੱਲ ਪਾਸ ਕਿਹਾ ਸੁਖਬੀਰ ਬਾਦਲ ਨੇ ਪਿਆਰ ਦਾ ਖੌਫਨਾਕ ਅੰਤ ਫਿਲੌਟ ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ ਦੋਵਾਂ ਦੀ ਹੋਈ ਮੌਤ ਦੀਪ ਸਿੱਧੂ ਦੀ ਜ਼ਮਾਨ ਤਰਜੀ ਤੇ ਅੱਜ ਮੂੜ ਹੋਵੇਗੀ ਸੁਣਵਾਈ 30 ਹਜ਼ਾਰੀ ਕੋਟ ਜ਼ਮਾਨਤ ਅਰਜ਼ੀ ਤੇ ਕਰੇਗੀ ਗੌਰ 8 ਅਪ੍ਰੈਲ ਨੂੰ ਹੋਈ ਸੀ ਪਿਛਲੀ ਸੁਣਵਾਈ ਅਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਮਸ਼ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਵਿਚਾਲੇ ਫਿਕਸਡ ਮੈਚ ਖੇਡਣ ਦਾ ਇਲਜ਼ਾਮ ਲਗਾਇਆ ਹੈ। ਉਹਨਾਂ ਕਿਹਾ ਕਿ ਕੈਪਟਨ ਪੂਰੀ ਤਰ੍ਹਾਂ ਭਾਜਪਾ ਦੇ ਦਬਾਅ 'ਚ ਨੇ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਨੇ ਪੰਜਾਬ ਦੇ ਲੋਕਾਂ ਦੀ ਪਿੱਠ ਵਿੱਚ ਛੂਰਾ ਮਾਰਿਆ ਹੈ। ਉਹਨਾਂ ਕਿਹਾ ਕਿ ਕੈਪਟਨ ਨੇ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਕੈਪਟਨ ਨੂੰ ਪਤਾ ਸੀ ਕਿ ਖੇਤੀ ਬਿੱਲ ਪਾਸ ਹੋਣ ਜਾ ਰਹੇ ਨੇ ਪਰ ਉਹਨਾਂ ਨੇ ਖामोशी ਨਾਲ ਸਭ ਕੁਝ ਹੋਣ ਦਿੱਤਾ ਜੇਕਰ ਕੈਪਟਨ ਪੰਜਾਬ ਨੂੰ ਲੈ ਕੇ ਵਫਾਦਾਰ ਹੁੰਦੇ ਤਾਂ ਕਿਸਾਨ ਅੰਦੋਲਨ ਹੋਣਾ ਹੀ ਨਹੀਂ ਸੀ ਬਿਲੌਰ ਦੇ ਗੜਾ ਰੋਡ ਨੇੜੇ ਪ੍ਰੇਮੀ ਜੋੜੇ ਵੱਲੋਂ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਨ੍ਹਾਂ ਦੀ ਲੁਧਿਆਣਾ ਦੇ ਹਸਪਤਾਲ ਵਿੱਚ ਜਾ ਕੇ ਮੌਤ ਹੋ ਗਈ ਹੈ। ਪ੍ਰਾਪਤ ਵੇਰਵਿਆਂ ਦੇ ਅਨੁਸਾਰ ਬੀਤੇ ਦਿਨੀ ਸ਼ਹਿਰ ਦੇ ਗੜਾ ਰੋਡ ਨੇੜੇ ਉਸ ਵੇਲੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਜਦੋਂ ਉਹਨਾਂ ਨੇ ਲੜਕਾ ਲੜਕੀ ਨੂੰ ਨਸ਼ੇ ਦੀ ਹਾਲਤ ਵਿੱਚ ਚੁੰਮਦੇ ਦੇਖਿਆ। ਇਸ ਤੋਂ ਪਹਿਲਾਂ ਉਹ ਕੁਝ ਸਮਝ ਪਾਉਂਦੇ ਲੜਕੀ ਨੇ ਇੱਕ ਰਾਜ ਆਂਦੇ ਵਿਅਕਤੀ ਨੂੰ ਹੱਥ ਹਿਲਾਉਂਦੇ ਆਪਣੇ ਵੱਲ ਬੁਲਾਇਆ ਤੇ ਇਹ ਕਹਿੰਦੇ ਕਹਿੰਦੇ ਉਹ ਜ਼ਮੀਨ ਤੇ ਡਿੱਗ ਪਈ ਕਿ ਉਹਨਾਂ ਨੇ ਜ਼ਹਿਰੀਲੀ ਵਸਤੂ ਨਿਗਲ ਲਈ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਸਥਾਨਕ ਫਿਲੌਰ ਪੁਲਿਸ ਮੌਕੇ ਤੇ ਪਹੁੰਚ ਗਈ ਸੂਤਰਾਂ ਮੁਤਾਬਿਕ ਜਦੋਂ ਪੁਲਿਸ ਨੇ ਲੜਕੇ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕਰਦੇ ਹ ਘਟਨਾ ਦੀ ਜਾਣਕਾਰੀ ਦਿੱਤੀ ਤਾں ਪਤਾ ਲੱਗਿਆ ਕਿ ਲੜਕੇ ਦੇ ਪਰਿਵਾਰ ਵਾਲਿਆਂ ਨੇ ਸਾਫ਼ ਤੌਰ ਤੇ ਮਨਾਂ ਕਰ ਦਿਆ ਇਹ ਕਹਿ ਦਿੱਤਾ ਕਿ ਲੜਕੇ ਨੇ ਉਹਨਾਂ ਦਾ ਪਿੰਡ ਚੋਂ ਨਬਾਲਿਕ ਕੁੜੀ ਨੂੰ ਭਜਾ ਕੇ ਨੱਕ ਬੜਾ ਦਿੱਤਾ ਉਹਨਾਂ ਦਾ ਉਸ ਨਾਲ ਹੁਣ ਕੋਈ ਲੈਣਾ ਦੇਣਾ ਨਹੀਂ ਹੈ ਉਸ ਦੀ ਲਾਸ਼ ਲੈਣ ਵੀ ਨਹੀਂ ਆਉਣਗੇ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ਤੇ ਅੱਜ ਮੋੜ ਸੁਣਵਾਈ ਹੋਣ ਜਾ ਰਹੀ ਹੈ ਜਿਸ ਦੇ ਤਹਿਤ 30 ਹਜ਼ਾਰੀ ਕੋਟ ਜ਼ਮਾਨਤ ਅਰਜ਼ੀ ਤੇ ਗੌਰ ਕਰੇਗੀ। ਮਾਮਲੇ ਦੀ ਪਿਛਲੀ ਸੁਣਵਾਈ 8 ਅਪ੍ਰੈਲ ਨੂੰ ਹੋਈ ਸੀ। ਦੱਸ ਦਈਏ ਕਿ ਦੀਪ ਸਿੱਧੂ ਲਾਲ ਕਿਲਾ ਹਿੰਸਾ ਮਾਮਲੇ ਦਾ ਮੁੱਖ ਮੁਲਜ਼ਮ ਹੈ। ਦੀਪ ਸਿੱਧੂ ਦੇ ਵਕੀਲ ਨੇ ਕੋਰਟ 'ਚ ਪਿਛਲੀ ਸੁਣਵਾਈ ਦੌਰਾਨ ਦਲੀਲ ਦਿੱਤੀ ਸੀ ਜਿਸ ਵਿੱਚ ਦੀਪ ਸਿੱਧੂ ਦੇ ਵਕੀਲ ਨੇ ਕਿਹਾ ਸੀ ਕਿ ਦੀਪ ਸਿੱਧੂ ਨੇ ਲਾਲ ਕਿਲੇ ਤੇ ਕੋਈ ਵੀ ਹਿੰਸਾ ਨਹੀਂ ਭੜਕਾਈ ਸੀ। ਕੋਰਟ ਨੇ ਦਿੱਲੀ ਪੁਲਿਸ ਨੂੰ ਦੀਪ ਸਿੱਧੂ ਦੀਆਂ ਸਪੀਚਾਂ ਦਾ ਵੇਰਵਾ ਪੇਸ਼ ਕਰਨ ਦਾ ਆਦੇਸ਼ ਦਿੱਤਾ ਸੀ। ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਜਾਰੀ ਹੈ ਜਿਸ ਦੇ ਚੱਲਦਿਆਂ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਵਿੱਚ ਕੁੱਲ 66321 ਮੀਟਰ ਟਨ ਫਸਲ ਦੀ ਖਰੀਦ ਹੋ ਚੁੱਕੀ ਹੈ ਕਣਕ ਦੇ ਚੱਲ ਰਹੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਭਾਰਤ ਖੁਸ਼ਨਾਸ਼ੂ ਖੰਨਾ ਮੰਡੀ ਦਾ ਦੌਰਾ ਕਰਨ ਜਾ ਰਹੇ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਦਿੱਲੀ ਦੇ ਵਾਰਡ ਨੰਬਰ 13 ਤੋਂ ਕਾਲੀ ਦਲ ਸਰਨਾ ਪਾਰਟੀ ਨਾਲ ਸੰਬੰਧਿਤ ਪਰਮਜੀਤ ਸਿੰਘ ਖੁਰਾਣਾ ਚੋਣ ਮੈਦਾਨ 'ਚ ਨੇ ਜਿਨ੍ਹਾਂ ਨੇ ਪਾਰਟੀ ਵਰਕਰਾਂ ਦੇ ਨਾਲ ਮਿਲ ਕੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਤੇ ਉਹਨਾਂ ਨੂੰ ਜਿਤਾਉਣ ਦੀ ਬੇਨਤੀ ਕੀਤੀ। ਅੱਜ ਸਾਰੀ ਸੰਗਤਾਂ ਦੇ ਸਹਿਯੋਗ ਨਾਲ ਔਰ ਖਾਸ ਕਰਕੇ ਮੇਰੇ ਮੋਂਟੂ ਵਾਲੀਆ ਵੀਰ ਦਾ ਧੰਨਵਾਦ ਹੈ ਜਿਨ੍ਹਾਂ ਨੇ ਦਾਸ ਨੂੰ ਆਪਣੇ ਜਗਾ ਜਿਹੜੀ ਹੈ ਜਿੱਥੇ ਆਫਿਸ ਬਣਾਉਣ ਵਾਸਤੇ ਦਿੱਤੀ ਹੈ ਮੈਂ ਸਭ ਤੋਂ ਜ਼ਿਆਦਾ ਮੇਰੇ ਦਿਲ ਜੋ ਸਤਿਕਾਰ ਹੈ ਸਾਡੇ ਸਤਿਕਾਰਯੋਗ ਸਰਦਾਰ ਜੋਗਿੰਦਰ ਸਿੰਘ ਜੀ ਵਾਲੀਆ ਜੋ ਭਾਵੇਂ ਸਰੀਰਿਕ ਤੌਰ ਤੇ ਇਸ ਟਾਈਮ ਸਾਡੇ ਨਾਲ ਨਹੀਂ ਨਾਲੇਕਿਨ ਮੈਂ ਦਿਲ ਮੇਰਾ ਦਿਲ ਮੇਰਾ ਦਿਮਾਗ ਕਹਿੰਦਾ ਵੀ ਸਾਡੇ ਨਾਲ ਅੱਜ ਵੀ ਸਾਡੇ ਨਾਲ ਵਿਰਾਜਮਾਨ ਹੈਗੇ ਨੇ ਉਹਨਾਂ ਦਾ ਉਹ ਟਾਸਰਾ ਲੈ ਕੇ ਉਹਨਾਂ ਦੇ ਕਰਕੇ ਹੀ ਅਸੀਂ ਅੱਜ ਇਸ ਜਗ੍ਹਾ ਤੇ ਆਫਿਸ ਬਣਾ ਕੇ ਔਰ ਸ਼ਰੋਮੀ ਅਗਾਲੀ ਦਾ ਦਿਲ ਦੀ ਸਰਨਾ ਪਾਰਟੀ ਤੋਂ ਇਲੈਕਸ਼ਨ ਵਾਸਤੇ ਖੜੇ ਹੋਇਆ ਮੈਂ ਸਾਰੇ ਵੀਰਾਂ ਦਾ ਸਾਰੀ ਭੈਣਾਂ ਦਾ ਧੰਨਵਾਦ ਕਰਦਾ ਜੋ ਮੇਰੇ ਨਾਲ ਖੜੇ ਨੇ ਔਰ ਸਭ ਨੂੰ ਬੇਨਤੀ ਕਰਾਂਗਾ ਵੀ ਵੱਧ ਤੋਂ ਵੱਧ ਵੋਟਾਂ ਨਾਲ ਤਾਂਸ ਨੂੰ ਜਿਤਾਓ ਤਾਂਕਿ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੋ ਇਸ ਟਾਈਮ ਕਰਪਸ਼ਨ ਦਾ ਬੋਲ ਵਾਲਾ ਹੈ ਅਸੀਂ ਕਮ ਸੇ ਕਮ ਜਿਤਨਾ ਹੋ ਸਕੀ ਉਸ ਨੂੰ ਕੱਟ ਕਰ ਸਕੀਏ ਔਰ ਅਸੀਂ ਜੋ ਗੁਰਦੁਆਰੇ ਕਮੇਟੀਆਂ ਦਾ ਜਾਂ ਗੁਰਸਕੂਲਾਂ ਦਾ ਇਹ ਜੋ ਟੀਚਰਾਂ ਦਾ ਮਿਆਰ ਗਿਰ ਚੁੱਕਾ ਹੈ ਜੋ ਹਸਪਤਾਲਾਂ ਦਾ ਬੁਰਾ ਹਾਲਤ ਹੈ ਜੋ ਇਸ ਟਾਈਮ ਇੰਸਟੀਚਿਊਟ ਬੰਦ ਹੋ ਰਹੇ ਨੇ ਉਹਨਾਂ ਦੇ ਵਾਸਤੇ ਅਸੀਂ ਦੁਬਾਰਾ ਉਸ ਮਿਆਰ ਨੂੰ ਉੱਪਰ ਲੈ ਕੇ ਆ ਸਕੀਏ ਉਧਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਸ਼ੋਮਨੀ ਅਕਾਲੀ ਦਲ ਬਾਦਲ ਪਾਰਟੀ ਨਾਲ ਸੰਬੰਧਿਤ ਉਮੀਦਵਾਰ ਇੰਦਰਜੀਤ ਸਿੰਘ ਮੌਂਟੀ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਲਈ ਪਹੁੰਚੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਨਜਿੰਦਰ ਸਿੰਘ ਸਿਰਸਾ ਨੇ ਵਿਸ਼ਵਾਸ ਕੀਤਾ ਹੈ ਕਿ ਉਹ 100% ਦੀਆਂ ਸੀਟਾਂ ਤੇ ਜਿੱਤ ਦਰਜ ਕਰਨਗੇ ਉਹਨਾਂ ਵਿੱਚੋਂ ਇੱਕ ਸੀਟ ਇੰਦਰਜੀਤ ਸਿੰਘ ਮੌਂਟੀ ਦੀ ਹੋਵੇਗੀ ਤੇ ਸੰਗਤ ਸ਼ਹੀਦ ਪਰਿਵਾਰਾਂ ਦਾ ਸਾਥ ਦੇਵੇਗੀ ਅੱਜ ਸਲਾਰ ਇੰਦਰਜੀਤ ਸਿੰਘ ਮੌਂਟੀ ਜੀ ਦੇ ਇਸ ਸਭਾ ਦੇ ਅੰਦਰ ਆ ਕੇ ਇੱਕ ਗੱਲ ਬੜੀ ਸਪਸ਼ਟ ਹੋ ਗਈ ਜਿਤਨਾ ਐਨਾ ਵੱਡਾ ਇਕੱਠ ਕੀਤਾ ਉਹ ਵੀ ਕੋਵਿਡ ਦੇ ਦੌਰਾਨ ਇੱਕ ਗੱਲ ਸਮਝ ਆ ਗਈ ਆ ਕਿ ਸੰਗਤਾਂ ਦਾ ਜਿਹੜਾ ਪਿਆਰ ਤੇ ਚਾਹ ਤੇ ਉਤਸ਼ਾਹ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਪਾਰ ਕਿਰਪਾ ਹੋ ਰਹੀ ਆ ਔਰ ਮੈਂ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਜਿਹੜੀਆਂ ਵੈਸ ਦੇ ਵਿੱਚ ਆਪਾਂ ਸੀਟਾਂ ਮੈਂ 100% ਦੀ ਗੁਰੂ ਸਾਹਿਬ ਦੇ ਤਰਸ ਸਦਕੇ ਕਹਿ ਸਕਦਾ ਹਾਂ ਕਿ ਵੱਡੇ ਮਾਰਜਿਨ ਤੋਂ ਨੇ ਸੀਟਾਂ ਜਿੱਤਦੇ ਪਏ ਉਹ ਚੋਂ ਇੱਕ ਮੌਨਟੇਜ ਦੀ ਸੀਟ ਆ ਗੁਰੂ ਸਾਹਿਬ ਕਿਰਪਾ ਕਰਨਗੇ ਔਰ ਕਿ ਐਸੇ ਰਿਕਾਰਡ ਟੁੱਟਣਗੇ ਕਿਉਂਕਿ ਜਿਨ੍ਹਾਂ ਨੇ ਉਹ ਵੋਟਾਂਸ ਰਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਖਤ ਦਾ ਲਿਆ ਏ ਉਹਨਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰਕੇ ਤੇ ਆਪ ਹੀ ਉਹਨਾਂ ਤੇ ਬਖਸ਼ਿਸ਼ ਕਰਨਗੇ ਸੋ ਮੈਂ ਮੌਨਟੇਜ ਨੂੰ ਵਧਾਈ ਦਿੰਦਾ ਹਾਂ ਔਰ ਸਰਦਾਰ ਚਰਨਜੀਤ ਸਿੰਘ ਜਿਹੜੇ ਕਿ ਗ੍ਰੇਟਰ ਕਲੈਸ਼ ਤੋਂ ਸਰਦਾਰ ਕੇਰ ਸਿੰਘ ਜੀ ਦੇ ਫਰਜ਼ੰਦ ਲੜ ਰਹੇ ਉਹ ਵੀ ਇੱਥੇ ਪਹੁੰਚੇ ਸੀ ਮੈਂ ਉਹਨਾਂ ਨੂੰ ਵੀ ਜਿੱਥੇ ਵਧਾਈ ਵੀ ਦਿੰਦਾ ਹਾਂ ਔਰ ਮੈਨੂੰ ਯਕੀਨ ਆ ਕਿ ਐਰ ਕੀ ਸੰਗਤ ਕਿਹਦਾ ਸਾਥ ਦੇਗੀ ਉਹਨਾਂ ਸ਼ਹੀਦ ਪਰਿਵਾਰਾਂ ਦਾ ਜਿਨ੍ਹਾਂ ਨੇ ਕੌਮ ਦੇ ਪਿੱਛੇ ਸ਼ਹਾਦਤਾਂ ਦਿੱਤੀਆਂ ਨੇ ਜਾਂ ਉਹਨਾਂ ਲੋਕਾਂ ਦਾ ਜਿਹੜੇ ਸਰਕਾਰੀ ਦਰਾਂ ਤੇ ਜਾ ਕੇ ਝਾੜੂ ਲਗਾ ਰਹੇ ਨੇ ਬਿਆਨਤ 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 ਕਿਰਪਾ ਧੰਨ ਗੁਰਤੇਗ ਬਹਾਦਰ ਸਾਹਿਬ ਜੀ ਦੀ ਜਿਨ੍ਹਾਂ ਨੇ ਬਹੁਤ ਬਖਸ਼ਿਸ਼ ਕੀਤੀ ਅੱਜ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਇਸ ਸਮੇਂ ਦੇ ਦੌਰਾਨ ਜੋ ਇਲੈਕਸ਼ਨ ਚੱਲ ਰਿਹਾ ਹਾਲਾਤ ਬਹੁਤ ਨਾਜ਼ੁਕ ਨੇ ਕੋਵਿਡ ਦੇ ਕਰਕੇ ਪਰ ਜੋ ਸੰਗਤ ਦਾ ਪਿਆਰ ਅੱਜ ਠਾਠਾ ਮਾਰਦਾ ਸਮੁੰਦਰ ਜਿਹਾ ਸੀ ਉਹ ਇਤਨੀ ਭਰਪੂਰ ਸੰਗਤ ਵੇੜਾ ਭਰਿਆ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਕਿ ਸੱਚੇ ਪਾਤਸ਼ਾਹ ਆਪ ਜੀ ਆਪੇ ਆਪੇ ਸੰਗਤ ਸਦ ਬਹਾਲੇ ਆਪੇ ਵਿਧਾ ਕਰਾਵੇ ਗੁਰੂ ਸਾਹਿਬ ਨੇ ਬਹੁਤ ਬਖਸ਼ਿਸ਼ ਕੀਤੀ ਬਹੁਤ ਅਸ਼ੀਰਵਾਦ ਦਿੱਤਾ ਜਿਸ ਤਰੀਕੇ ਦੇ ਨਾਲ ਅੱਜ ਇਹ ਇਲੈਕਸ਼ਨ ਦੀ ਮੀਟਿੰਗ ਜਿਹੜਾ ਅੱਜ ਆਫਿਸ ਦਾ ਉਦਘਾਟਨ ਸੀਗਾ ਗੁਰੂ ਸਾਹਿਬ ਦੇ ਕੀਰਤਨ ਤੋਂ ਪ੍ਰਾਰੰਭ ਕਰਕੇ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦਾ ਸਦਕਾ ਵਾਰਡ ਨੰਬਰ 3 ਹਲਕਾ ਵਿਕਾਸਪੁਰੀ ਵਿਕਾਸਪੁਰੀ ਕੌਨਸਟੈਂਸੀ ਦਾ ਅੱਜ ਆਫਿਸ ਉਦਘਾਟਨ ਦਾਸ ਦੇ ਹਲਕੇ ਦਾ ਹੋਇਆ ਇਲਾਕੇ ਦਾ ਹੋਇਆ ਔਰ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਔਰ ਜੋ सिरसा ਸਾਹਿਬ ਨੇ ਸਰਦਾਰ ਮਨਜਿੰਦਰ ਸਿੰਘ सिरसा ਪ੍ਰਧਾਨ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਜਿਹੜੇ ਪੁਰਾਣੇ ਕੀਤੇ ਕੰਮਾਂ ਤੋਂ ਇਲਾਵਾ ਜੋ ਆ ਰੇ ਆਉਣ ਵਾਲਾ ਵਿਜਨ ਹੈ ਇੱਕ ਵਿਜਨਰੀ ਪ੍ਰਧਾਨ ਨੇ ਆਉਣ ਵਾਲੇ ਵਿਜਨ ਦੇ ਵਿੱਚ ਖਾਲਸਾ ਸਿੱਖ ਯੂਨੀਵਰਸਿਟੀ ਦੀ ਗੱਲ ਕੀਤੀ ਗੁਰਤੇਗ ਬਹਾਦਰ ਸਿੱਖ ਯੂਨੀਵਰਸਿਟੀ ਜਿਹੜੀ ਬਹੁਤ ਹੀ ਵੱਡੀ ਗੱਲ ਹੈ ਅੰਬੇਦਕਰ ਸੇਨਾ ਮੋਲ ਨਿਵਾਸੀ ਮੁਕੇਰੀਆਂ ਵੱਲੋਂ ਅੰਜੀਤ ਸਿੰਘ ਦੀ ਅਗਵਾਈ ਵਿੱਚ ਸੰਵਿਧਾਨ ਨਿਰਮਾਤਾ ਭਾਰਤ ਰਤਨ 바ਵਾ ਸਾਹਿਬ ਡਾਕਟਰ ਪੀ 임ਰਾਉ ਬੇਦਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਚੇਤਨਾ ਮਾਰਚ ਕੱਢਿਆ ਗਿਆ ਜਿਸ ਵਿੱਚ ਇਲਾਕੇ ਦੀਆਂ ਬੇਦਕਰ ਸਭਾਵਾਂ ਦਲਿਤ ਜੱਥੇਬੰਦੀਆਂ ਕਿਸਾਨ ਆਗੂਆਂ ਤੇ ਸੈਂਕੜੇ ਨੌਜਵਾਨਾਂ ਨੇ ਹਿੱਸਾ ਲਿਆ ਸਥਾਨਕ ਰੈਸਟ ਹਾਊਸ ਤੋਂ ਸ਼ੁਰੂ ਹੋਇਆ ਇਹ ਚੇਤਨਾ ਮਾਰਚ ਵੱਖ-ਵੱਖ ਬਾਜ਼ਾਰਾਂ ਵਿੱਚੋਂ ਲੰਘਿਆ ਤੇ ਬਾਬਾ ਸਾਹਿਬ ਜੀ ਦੇ ਸੁਨੇਹੇ ਨੂੰ ਫੈਲਾਉਂਦਾ ਹੋਇਆ ਵਾਪਸ ਰੈਸਟ ਹਾਊਸ ਵਿਖੇ ਸਮਾਪਤ ਹੋਇਆ ਇਸ ਮੌਕੇ ਮਨਜੀਤ ਸਿੰਘ ਡਾਕਟਰ ਪੀ 임ਰਾਵ ਵੈਲਫੇਅਰ ਮਿਸ਼ਨ ਪੰਜਾਬ ਦੇ ਪ੍ਰਧਾਨ ਕਮਲ ਖੋਸਲਾ ਤੋਂ ਇਲਾਵਾ ਵੱਖ-ਵੱਖ ਬੁਲਾਰਿਆਂ ਵੱਲੋਂ ਬੇਦਖਰ ਚੌਂਕ ਵਿਖੇ ਬਾਬਾ ਸਾਹਿਬ ਜੀ ਦੀ ਪ੍ਰਤੀਮਾ ਤੇ ਫੁੱਲ ਭੇਂਟ ਕਰਨ ਉਪਰੰਤ ਬਾਬਾ ਸਾਹਿਬ ਜੀ ਦੇ ਜੀਵਨ ਫਲਸਫੇ ਤੇ ਚਾਨਣਾ ਪਾਇਆ ਗਿਆ। ਆਲੂਵਾਲੀਆ ਮੈਮੋਰੀਅਲ ਸੁਸਾਇਟੀ ਅੰਮ੍ਰਿਤਸਰ ਦੇ ਪ੍ਰਧਾਨ ਪ੍ਰਦੀਪ ਸਿੰਘ ਵਾਲੀਆ ਦੀ ਅਗਵਾਈ ਵਿੱਚ ਮੀਟਿੰਗ ਕਰਵਾਈ ਗਈ ਇਸ ਮੌਕੇ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰੀਟੂ ਨੇ ਧੰਨਵਾਦ ਕਰਦੇ ਕਿਹਾ ਕਿ ਨਗਰ ਨਿਗਮ ਦੀ ਹਾਊਸ ਮੀਟਿੰਗ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਗੇਟ ਦਾ ਨਿਰਮਾਣ ਜਲਦ ਕਰਵਾਉਣ ਦਾ ਐਲਾਨ ਕੀਤਾ ਗਿਆ ਨਾਲ ਹੀ ਉਹਨਾਂ ਧਰਨਾ ਦੇ ਰਹੇ ਕਿਸਾਨਾਂ ਦਾ ਧਰਨਾ ਖਤਮ ਕਰਵਾ ਕੇ ਮਿਲਾਨ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਭਾਰਤ ਦੇਸ਼ ਨੂੰ ਵਡਿਆਉਣ ਲਈ ਕਈ ਨਾਵਾਂ ਨਾਲ ਪ੍ਰਚਾਰਿਆ ਜਾਂਦਾ ਹੈ ਪਰ ਇਸ ਸੋਨਾ ਉਗਣ ਵਾਲੀ ਭਾਰਤ ਦੀ ਧਰਤੀ ਤੇ ਸਵਰਗ ਹੋਣ ਵਾਲੀ ਭਾਰਤ ਦੀ ਧਰਤੀ ਤੇ ਅੱਜ ਵੀ 7 ਦਹਾਕਿਆਂ ਤੋਂ ਵੱਧ ਸਮਾਂ ਦੇਸ਼ ਆਜ਼ਾਦ ਹੋਇਆ ਬੀਤ ਜਾਣ ਦੇ ਬਾਵਜੂਦ ਲੋਕ ਜਾਨਵਰਾਂ ਨਾਲੋ ਵੀ ਭੈੜੀ ਜ਼ਿੰਦਗੀ ਜੀਣ ਲਈ ਮਜਬੂਰ ਨੇ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਬਾਰੇਕੇ ਦੀ 80 ਸਾਲਾ ਬਜ਼ੁਰਗ ਵਿਧਵਾ ਔਰਤ ਗੁਰੋਬਾਈ ਨੇ ਦੱਸਿਆ ਕਿ ਉਹ ਗੰਦੇ ਨਾਲੇ ਦੇ ਕਿਨਾਰੇ ਤੇ ਡਿੰਗੂ ਨਿੰਗੂ ਕਰਦੇ ਕੱਚੇ ਟਾਰੇ 'ਚ ਰਹਿਣ ਲਈ ਮਜਬੂਰ ਨੇ ਉਸ ਦਾ ਇੱਕ ਲੜਕਾ ਬਿਮਾਰ ਪਿਆ ਹੈ ਤੇ ਉਸ ਦੀ ਨੂੰ ਤੇ ਉਸ ਦੀਆਂ ਦੋ ਮੰਦ ਬੁੱਧੀ ਪੋਤਰੀਆਂ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੈ ਆਰਥਿਕ ਤੌਰ ਤੇ ਕਮਾਣ ਵਾਲਾ ਕੋਈ ਵੀ ਵਸੀਲਾ ਨਹੀਂ ਹੈ ਉਹ ਨਰਕ ਭਰੀ ਜ਼ਿੰਦਗੀ ਜੂਰਨੀ ਮਜਬੂਰ ਨੇ ਬਜ਼ੁਰਗ ਮਾਤਾ ਨੇ ਕਿਹਾ ਕਿ ਉਹ ਦੂਸ਼ਿਤ ਪਾਣੀ ਪੀਂਦੇ ਨੇ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਈ ਆ ਕੇ ਉਹਨਾਂ ਦੀ ਸਾਰ ਲਵੇ ਤੇ ਉਹਨਾਂ ਲਈ ਖਾਂਡ ਲੇਤੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ ਸੋ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਸਾਡੀ اپੀਲ ਹੈ ਕਿ ਇਸ ਪਰਿਵਾਰ ਦੀ ਆਰਥਿਕ ਤੇ مالی ਮਦਦ ਕਰਕੇ ਅੱਗੇ ਆਇਆ ਜਾਵੇ। ਓਐਸਟੀ ਮੰਤਰੀ ਪੰਜਾਬ ਕੈਪਟਨ ਸੰਦੀਪ ਸਿੰਘ ਸੰਧੂ ਸੁਧਾਰ ਦੇ ਪਿੰਡ ਸੋਈਆਂ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਪਹੁੰਚੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹਿਲਾਵਾਂ ਲਈ ਮੁਫਤ ਸ਼ੁਰੂ ਕੀਤੇ ਬਸ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ। ਬੀਡੀਪੀਓ ਦਫ਼ਤਰ ਬਲਾਕ ਸੁਧਾਰ ਵਿਖੇ ਲੋਕਾਂ ਦੀ ਕੋਵਿਡ ਵੈਕਸੀਨ ਲਗਵਾਉਣ ਲਈ ਕੈਂਪ ਲਗਾਇਆ ਗਿਆ ਜਿਸ ਸਬੰਧੀ ਏਡੀਸੀਡੀ ਸੰਦੀਪ ਕੁਮਾਰ ਲੁਧਿਆਣਾ ਨੇ ਲੋਕਾਂ ਨੂੰ ਕੋਵਿਡ-19 ਦੀ ਮਹਾਮਾਰੀ ਤੋਂ ਬਚਣ ਲਈ ਕੋਵਿਡ ਵੈਕਸੀਨ ਲਗਵਾਉਣ ਲਈ ਜਾਗਰੂਕ ਕਰਵਾਇਆ ਇਸ ਦੇ ਨਾਲ ਹੀ ਖਬਰਾਂ ਦਾ ਸਿਲਸਲਾ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ